ਸਤਰੀਆਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅਮਰਿਤ ਪ੍ਰਸਾਰ ਅਮਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਦਰਸ਼ਕਾਂ ਨਾਲ ਅਸੀਂ ਅੱਜ ਇੱਕ ਬੜੀ ਅਹਿਮ ਖਬਰ ਸਾਂਝੀ ਕਰਨ ਲੱਗਿਆ ਅਤੇ ਇਹ ਖਬਰ ਹੈ ਕਿ ਫਿਲਮ ਸਟਾਰ ਅਤੇ ਬੀਜੇਪੀ ਦੀ ਐਮਪੀ ਕੰਗਣਾ ਰਣੋਤ ਨੂੰ ਇੱਕ ਵੱਡਾ ਤਕਾ ਲੱਗਾ ਹੈ ਉਸ ਦੀ ਫਿਲਮ ਐਮਰਜੈਂਸੀ ਜੋ ਉਸਨੇ ਇੰਦਰਾ ਗਾਂਧੀ ਉੱਪਰ ਬਣਾਈ ਸੀ ਅਤੇ ਖੁਦ ਉਸ ਵਿੱਚ ਇੰਦਰਾ ਗਾਂਧੀ ਦਾ ਮੁੱਖ ਰੋਲ ਉਸਨੇ ਅਦਾ ਕੀਤਾ ਸੀ ਉਸ ਨੂੰ ਸੈਂਸਰ ਬੋਰਡ ਨੇ ਸਰਟੀਫਿਕੇਸ਼ਨ ਦੇਣ ਤੋਂ ਨਾ ਕਰ ਦਿੱਤੀ ਜੇਕਰ ਤੁਹਾਡੇ ਕੋਲ ਫਿਲਮ ਦਾ ਸਰਟੀਫਿਕੇਸ਼ਨ ਨਹੀਂ ਤਾਂ ਉਹ ਫਿਲਮ ਸਿਨੇਮਿਆਂ ਵਿੱਚ ਨਹੀਂ ਲੱਗ ਸਕਦੀ ਇਹ ਜੋ ਫੈਸਲਾ ਹੋਇਆ ਹੈ ਇਹ ਜੋ ਕੰਗੜਾ ਨਰੋਦ ਦੀ ਫਿਲਮ ਹੈ ਇਸ ਤੇ ਜੋ ਸੈਂਸਰ ਬੋਰਡ ਨੇ ਸਰਟੀਫਿਕੇਟ ਨਹੀਂ ਦਿੱਤਾ ਕਿਉਂ ਨਹੀਂ ਦਿੱਤਾ ਇਹਦੇ ਬਾਰੇ ਅਸੀਂ ਇਸ ਵੀਡੀਓ ਵਿੱਚ ਤੁਹਾਡੇ ਨਾਲ ਅੱਗੇ ਚਰਚਾ ਸਾਂਝੀ ਕਰਾਂਗੇ ਮੇਰੀ ਆਪ ਜੀ ਨੂੰ ਇਹ ਗੁਜਾਰਸ਼ ਹੈ ਕਿ ਜੇਕਰ ਤੁਸੀਂ ਹੁਣ ਤੀਕਣ ਅੰਮ੍ਰਿਤ ਪ੍ਰਸਾਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਲਾਈਕ ਕਰੋ ਇਹ ਤੇ ਇਸ ਦਾ ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਹਰ ਵੀਡੀਓ ਦਾ ਕਮਿਊਨੀਕੇਸ਼ਨ ਸਾਡਾ ਸੁਨਿਆ ਤਵਾਡੇ ਤੱਕ ਵੀਡੀਓ ਸਮੇਤ ਸਭ ਤੋਂ ਪਹਿਲੇ ਪਹੁੰਚੇ ਇਸ ਕਰਕੇ ਇਸ ਫਿਲਮ ਦੀ 6 ਸਤੰਬਰ ਨੂੰ ਦੇਸ਼ ਭਰ ਦੇ ਸਿਨੇਮਿਆ ਚਤੇ ਦੇਸ਼ਾਂ ਵਿਦੇਸ਼ਾਂ ਵਿੱਚ ਦੁਨੀਆ ਭਰ ਵਿੱਚ ਇਸ ਫਿਲਮ ਦੀ ਇੰਤਜ਼ਾਰ ਕੀਤੀ ਜਾ ਰਹੀ ਸੀ ਕਿ ਅਜਿਹੀ ਫਿਲਮ ਹੈ ਜਿਸ ਵਿੱਚ ਸਿੱਖਾਂ ਨੂੰ ਬੜੇ ਘਟਿਆ ਰੂਪ ਵਿੱਚ ਪੇਸ਼ ਕੀਤਾ ਉਹਨਾਂ ਦਾ ਕਿਰਦਾਰ ਤੋਂ ਕੇਂਦਰ ਦੇ ਤੋਂ ਸੈਂਸਰ ਬੋਰਡ ਨੇ ਉਸ ਨੂੰ ਸਰਟੀਫਿਕੇਟ ਦੇਣ ਤੋਂ ਇਨਕਾਰ ਕੀਤਾ ਇਹ ਬਹੁਤ ਵੱਡੀ ਖਬਰ ਹੈ ਇਸ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਜੋ ਖਬਰ ਹੈ ਇਹ ਚੰਡੀਗੜ੍ਹ ਵਿੱਚ ਕਿਸ ਤਰ੍ਹਾਂ ਪਹੁੰਚੀ ਇਹ ਵੀ ਇੱਕ ਬੜਾ ਹਤਿਆਸਕ ਗੱਲ ਤੁਹਾਨੂੰ ਦੱਸਣ ਜਾ ਰਿਹਾ ਮੋਹਾਲੀ ਦੇ ਦੋ ਸਿੱਖ ਨੌਜਵਾਨਾਂ ਨੇ ਯਾਨੀ ਕਿ ਗੁਰਮੋਹਨ ਸਿੰਘ ਅਤੇ सुरेंद्र ਗੁਰਿੰਦਰ ਸਿੰਘ ਨੇ ਇਸ ਐਮਰਜੈਂਸੀ ਫਿਲਮ ਨੂੰ ਸਨੀਮੀਆਂ ਵਿੱਚ ਨਾ ਲੱਗਣ ਦੇਣ ਦੇ ਨਾ ਰਿਲੀਜ਼ ਕਰਨ ਉੱਪਰ ਇੱਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਨ ਹਿੱਤ ਇੱਕ ਪਟੀਸ਼ਨ ਪਾਈ ਇੱਕ ਕੇਸ ਪਾਸਤਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਤਾਂ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਵੀ ਆਪਣਾ ਪੱਖ ਪੇਸ਼ ਕਰਨ ਲਈ ਬੁਲਾ ਲਿਆ ਜਦੋਂ ਕੇਂਦਰ ਦੇ ਵਕੀਲਾ ਨੇ ਹਾਈ ਕੋਰਟ ਦੇ ਦੋ ਜੱਜਾਂ ਦੀ ਬੈਂਚ ਨੂੰ ਇਹ ਦੱਸਿਆ ਕਿ ਇਸ ਫਿਲਮ ਦੀ ਸਰਟੀਫਿਕੇਸ਼ਨ ਰੋਕ ਲਈ ਗਈ ਹੈ ਤਾਂ ਫੇਰ ਜੋ ਹਾਈ ਕੋਰਟ ਦਾ ਜੋ ਹਾਲਸੀਗਾ ਕੋਰਟ ਦਾ ਉਹਦੇ ਵਿੱਚ ਇੱਕਦਮ ਜਿਵੇਂ ਉੱਥੇ ਬੈਠੇ ਵਕੀਲਾਂ ਦਾ ਸਾਹ ਵਿੱਚ ਸਾ ਆ ਗਿਆ ਕਿ ਇਹ ਜਿਆ ਕੀ ਪਾਣਾ ਵਰਤ ਗਿਆ ਕਿ ਕੇਂਦਰ ਨੇ ਇਸ ਦੇ ਸਰਟੀਫਿਕੇਸ਼ਨ ਉੱਪਰ ਸੈਂਸਰ ਬੋਰਡ ਤੋਂ ਰੋਕ ਲਗਵਾਈ ਹੈ ਜਾਂ ਸੈਂਸਰ ਬੋਰਡ ਨੇ ਖੁਦ ਰੋਕ ਲਾਈਆ ਇਹ ਨਿਪਟਾਰਾ ਤਾਂ ਨਹੀਂ ਹੋ ਸਕਿਆ ਪਰ ਹਾਈ ਕੋਰਟ ਦੇ ਬੈਂਚ ਨੇ ਪਟੀਸ਼ਨ ਕਰਤਾ ਨੂੰ ਇਹ ਕਹਿ ਦਿੱਤਾ ਕਿ ਉਹ ਹੁਣ ਆਪਣੀ ਜੋ ਅਰਜੀ ਹੈ ਜਾਂ ਇਸ ਫਿਲਮ ਵਿਰੁੱਧ ਜੋ ਵੀ ਕਾਰਵਾਈ ਕਰਨਾ ਚਾਹੁੰਦੇ ਹਨ ਉਹ ਸਿੱਧੀ ਸੈਂਸਰ ਬੋਰਡ ਕੋਲ ਵੀ ਕਰ ਸਕਦੇ ਹਨ ਅਤੇ ਉਹਨਾਂ ਨੂੰ ਜੇਕਰ ਸੈਂਸਰ ਬੋਰਡ ਦੇ ਜਵਾਬ ਤੋਂ ਸੰਤੁਸ਼ਟੀ ਨਹੀਂ ਮਿਲਦੀ ਤਾਂ ਮੁੜ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਆਪਣੀ ਦੁਬਾਰਾ ਪਟੀਸ਼ਨ ਐਮਰਜੈਂਸੀ ਫਿਲਮ ਵਿਰੁੱਧ ਧਾਰ ਕਰ ਸਕਦੇ ਹਨ ਸੋ ਦਰਸ਼ਕਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਫੈਸਲਾ ਜੋ ਹੈ ਇਹ ਕਿਉਂ ਹੋਇਆ ਕਿਉਂਕਿ ਪਟੀਸ਼ਨ ਕਰਤਾ ਜਿਹੜੇ ਸੀਗੇ ਦੋ ਨੌਜਵਾਨ ਉਹਨਾਂ ਨੇ ਇਹ ਦੋਸ਼ ਲਾਇਆ ਕਿ ਇਹ ਫਿਲਮ ਸਿੱਖਾਂ ਨੂੰ ਬੜੇ ਭੜੇ ਰੂਪ ਵਿੱਚ ਪੇਸ਼ ਕਰਦੀ ਏ ਔਰ ਉਹਨਾਂ ਪ੍ਰਤੀ ਲੋਕਾਂ ਦੇ ਮਨਾਂ ਵਿੱਚ ਜੋ ਨਫ਼ਰਤ ਤੱਕ ਪੈਦਾ ਹੋ ਸਕਦੀ ਏ ਸਿੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਏ ਇਹ ਫਿਲਮ ਜਾਣ ਬੁਝ ਕੇ ਸਿੱਖਾਂ ਦੀ ਮਾੜੀ ਚਰਿੱਤਰ ਨੂੰ ਤਸਵੀਰ ਨੂੰ ਪੇਸ਼ ਕਰਨ ਲਈ ਕੰਗਣਾ ਰਣੋਤ ਨੇ ਗਿਣੀ ਮਿਥੀ ਸਾਜਸ਼ਤ ਦੀਨ ਸਿੱਖਾਂ ਵਿਰੁੱਧ ਇਹ ਫਿਲਮ ਬਣਾਈ ਹੈ ਜਿਸ ਨੂੰ ਕਿਸੇ ਕੌਮ برداشت ਨਹੀਂ ਕਰੇਗੀ ਅਤੇ ਮਾਇਰਾਂ ਦੇ ਪੈਨਲ ਜੋ ਬਣਾਇਆ ਜਾਵੇ ਉਸ ਵਿੱਚ ਐਸਜੀਬੀਸੀ ਦੇ ਵੀ ਨਮੰਦਿਆਂ ਨੂੰ ਬੁਲਾਇਆ ਜਾਵੇ ਤਾਂ ਜੋ ਇਹ ਫਿਲਮ ਜੋ ਹੈ ਜਿੰਨੀ ਦੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਜੋ ਐਕਸਪਰਟ ਇਸ ਫਿਲਮ ਨੂੰ ਦੇਖਣਗੇ ਮਾਹਿਰਾਂ ਦੇ ਨਾਲ ਹੋਰ ਵੀ ਮਾਹਿਰ ਹੋਣਗੇ ਦੂਸਰੀ ਜੋ ਬੁલાਏ ਹੋਣਗੇ ਤਾਂ ਫਿਰ ਜੋ ਫੈਸਲਾ ਦੇਣਗੇ ਉਸ ਮੁਤਾਬਕ ਇਸ ਫਿਲਮ ਬਾਰੇ ਫੈਸਲਾ ਲਿਆ ਜਾਏ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਇਸ ਵਿੱਚੋਂ ਸਾਰੇ ਵਿਵਾਦਿਤ ਸੀਨ ਕੱਟੇ ਜਾਣ ਅਤੇ ਇਹ ਫਿਲਮ ਤਦ ਹੀ ਰਿਲੀਜ਼ ਕੀਤੀ ਜਾਏ ਔਰ ਇਸ ਪਟੀਸ਼ਨਰ ਨੂੰ ਜੋ ਕੀਤਾ ਏ ਇਸ ਉਪਰ ਪਟੀਸ਼ਨਰਾਂ ਦੀ ਸਿੱਖ ਸਮੁਦਾਇ ਵੱਲੋਂ ਬੜੀ ਸ਼ਾਬਾਸ਼ ਤੇ ਬੱਲੇ ਬੱਲੇ ਹੋ ਰਹੀ ਹੈ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਹੀ ਸੈਂਸਰ ਬੋਰਡ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਵਿੱਚ ਉਹਨਾਂ ਨੇ ਆਪਣਾ ਇਤਰਾਜ਼ ਦਵਾਇਆ ਹੈ ਕਿ ਇਸ ਨੂੰ ਬੈਨ ਕੀਤਾ ਜਾਏ ਇਸ ਫਿਲਮ ਨੂੰ ਜਨਤਕ ਨਾ ਕੀਤਾ ਜਾਏ ਰਿਲੀਜ਼ ਨਾ ਕੀਤਾ ਜਾਏ ਸੋ ਇਸ ਫਿਲਮ ਬਾਰੇ ਇਵਨ ਤੱਕ ਤਸਰੀ ਅਕਾਲ ਤੱਕ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੇ ਵੀ ਆਪਣਾ ਵਿਰੋਧ ਪ੍ਰਗਟਾਇਆ ਅਤੇ ਉਹਨਾਂ ਨੇ ਇੱਕ ਜੋ ਪਬਲਿਕ ਸਟੇਟਮੈਂਟ ਦਿੱਤੀ ਉਹਦੇ ਵਿੱਚ ਇਹ ਕਿਹਾ ਕਿ ਫਿਲਮ ਜਿਹੜੀ ਇਹ ਸਿਨੇਮਾ ਹਾਊਸਾਂ ਵਿੱਚ ਨਹੀਂ ਲੱਗਣੀ ਚਾਹੀਦੀ ਇਸ ਤੇ ਰੋਗ ਲੱਗਣੀ ਚਾਹੀਦੀ ਹੈ ਇਸ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਮੈਂ ਇਹਦੇ ਵਿੱਚ ਇੱਥੇ ਤੁਹਾਨੂੰ ਇਹ ਦੱਸਣਾ ਚਾਹਨਾ ਦਰਸ਼ਕਾਂ ਨੂੰ ਕਿ ਇਸ ਵਿੱਚ ਜਿੱਥੇ ਇੰਦਰਾ ਗਾਂਧੀ ਨੂੰ ਬੜੇ ਉੱਚੇ ਸਤਰ ਦੀ ਪੇਸ਼ ਕੀਤਾ ਗਿਆ ਉੱਥੇ ਸਿੱਖ ਕੌਮ ਦੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਉਸ ਦੇ ਪਿੱਛੇ-ਪਿੱਛੇ ਫਿਰਦੇ ਦਿਖਾਇਆ ਗਿਆ ਅਤੇ ਉਹਨਾਂ ਦੇ ਸਮਰਥਨ ਵਿੱਚ ਖੜੇ ਹੋਣ ਦੀ ਉਸ ਅਗੇ ਜੋ ਹੈ ਅਰਜੋਈ ਕਰ ਰਹੇ ਹਨ ਸੋ ਅਜੇ ਸੀਨ ਕਈ ਹਨ ਇਹ ਸੀਨਾਂ ਦਾ ਉਸ ਸਮੇਂ ਪਤਾ ਲੱਗਾ ਜਦੋਂ ਇਸ ਫਿਲਮ ਦਾ ਜੋ ਟ੍ਰੇਲਰ ਹੈ ਉਹ ਵੱਖ-ਵੱਖ ਸਿਨੇਮਿਆਂ ਵਿੱਚ ਲਗਾਏ ਗਏ ਅਤੇ ਉਹ ਉਥੋਂ ਦੀਆਂ ਲੋਕਲ ਲੋਕਾਂ ਨੂੰ ਇਸ ਟ੍ਰੇਲਰ ਦੇਖਣ ਲਈ ਬੁਲਾਇਆ ਗਿਆ ਤੋਂ ਟ੍ਰੇਲਰ ਦੇਖਦਿਆਂ ਹੀ ਇਸ ਫਿਲਮ ਦਾ ਵਿਰੋਧ ਸ਼ੁਰੂ ਹੋ ਗਿਆ ਇਸ ਵਿਰੋਧ ਨੂੰ ਸ਼ੁਰੂ ਹੋਇਆ ਅੱਜ 15-20 ਦਿਨ ਹੋ ਗਏ ਹਨ ਪਰ ਅਖੀਰ ਤੇ ਜੋ ਕਾਮਯਾਬੀ ਨਸੀਬ ਹੋਈ ਉਹ ਹਰੇ ਪੰਜਾਬ ਮੰ ਹਰਿਆਣਾ ਹਾਈ ਕੋਰਟ ਵਿੱਚ ਪਾਈ ਹੋਈ ਪਟੀਸ਼ਨ ਰਾਹੀਂ ਪ੍ਰਾਪਤ ਹੋਈ ਕਾਨੂੰਨੀ ਕਾਰਵਾਈ ਕਰਨੀ ਪਈ ਅਤੇ ਕਾਨੂੰਨੀ ਕਾਰਵਾਈ ਸਮੇਂ ਹੀ ਕੇਂਦਰ ਦੇ ਵਕੀਲਾ ਨੇ ਇਸ ਗੱਲ ਦਾ ਭੇਦ ਖੋਲਿਆ ਕਿ ਇਸ ਫਿਲਮ ਨੂੰ ਸਰਟੀਫਿਕੇਟ ਸੈਂਸਰ ਬੋਰਡ ਨੇ ਨਹੀਂ ਦਿੱਤਾ ਤੋਂ ਇਹ ਕੰਗਣਾ ਨਰੋਦ ਜੋ ਬੜੀ ਬੜਬੋਲੀ ਅਤੇ ਆਪਣੀਆਂ ਬੇਦਤਕੀਆਂ ਬੇਸ਼ਰਮ ਜੋ ਵਿਵਾਦਤ ਟਵਿੱਟਰਾਂ ਲਈ ਮਸ਼ਹੂਰ ਹੈ ਸਾਰੇ ਹਿੰਦੁਸਤਾਨ ਵਿੱਚ ਉਸ ਨੂੰ ਇਹ ਕਬੱਡਾ ਤੱਕਾ ਲੱਗਿਆ ਔਰ ਇਹ ਸਾਡੇ ਨਾਲ ਅਸੀਂ ਅੱਜ ਸਾਂਝੀ ਕਰਦੇ ਹਾਂ ਤੇ ਫਿਰ ਲੈ ਕੇ ਆਵਾਂਗੇ ਇੱਕ ਹੋਰ ਕੋਈ ਚੰਗੀ ਜੀ ਵੀਡੀਓ ਬਣਾ ਕੇ ਉਮੀਦ ਕਰਦੇ ਹਾਂ ਤੁਸੀਂ ਇਸ ਨੂੰ ਪਸੰਦ ਕਰੋਗੇ ਅਤੇ ਆਪਣੇ ਸਾਥੀਆਂ ਮਿੱਤਰਾਂ ਨਾਲ ਇਸ ਨੂੰ ਵੱਧ ਤੋਂ ਵੱਧ ਸਾਂਝਾ ਕਰੋਗੇ ਧੰਨਵਾਦ ਸਾਸ਼ਰੀ